ਟਾਰਗੇਟਡ ਕਿਲਿੰਗ ਇੰਡੀਆ ਮੰਨਦਾ ਹੈ ਕਿ ਉਹ ਠੀਕ ਹੈ ਜੇ ਸਰ ਊਧਮ ਸਿੰਘ ਦਾ ਬੁੱਤ ਜਲਿਆਂਵਾਲੇ ਬਾਗ 'ਚ ਰਾਜਨਾਥ ਸਿੰਘ ਜੀ ਪਰਸੋਂ ਚੌਥੇ ਲਾ ਕੇ ਗਏ ਹੈ ਅਤੇ ਸਰ ਊਧਮ ਸਿੰਘ ਨੇ ਟਾਰਗੇਟਡ ਕਿਲਿੰਗ ਕੀਤੀ ਸੀ ਇੰਗਲੈਂਡ ਦੇ ਵਿੱਚ ਮਾਈਕਲ ਓ ਡਾਇਰ ਜਿਹੜਾ ਲੈਫਟੀਨੈਂਟ ਗਵਰਨਰ ਪੰਜਾਬ ਦਾ ਸੀਗਾ ਜਿਹਨੇ ਹੁਕਮ ਦਿੱਤਾ ਸੀਗਾ ਜਨਰਲ ਡਾਇਰ ਨੂੰ ਗੋਲੀ ਚਲਾਉਣ 'ਚ ਜਲਿਆਂਵਾਲੇ ਬਾਗ ਦੇ ਵਿੱਚ ਤਾਂ ਅਸੀਂ ਸਮਝਦੇ ਹਾਂ ਕਿ ਜੇ ਇੰਡੀਆ ਸਰਦਾਰ ਊਧਮ ਸਿੰਘ ਨੂੰ ਮੰਨਦਾ ਕਿ ਉਹ ਸ਼ਹੀਦ ਨੇ ਫਿਰ ਇਹਨਾਂ ਨੇ ਵੀ ਭਾਈ ਤਾਰੇ ਨੇ ਟਾਰਗੇਟ ਕਿਲਿੰਗ ਕੀਤੀ ਹੈ ਐਵੇਂ ਲੋਕਾਂ ਨੂੰ ਨਹੀਂ ਮਾਰਿਆ ਹੈ ਇਸ ਤਰ੍ਹਾਂ ਜਿੰਦੇ ਸੁੱਖੇ ਨੇ ਵੀ ਟਾਰਗੇਟ 'ਤੇ ਮਾਰਿਆ ਜਨਰਲ ਵੈਦਿਆ ਨੂੰ ਅਤੇ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਅਤੇ ਕੇਰਨ ਸਿੰਘ ਨੇ ਵੀ ਟਾਰਗੇਟ ਕਿਲਿੰਗ ਕੀਤੀ ਹੈ ਅਤੇ ਇਹ ਸਿੱਖਾਂ ਦੇ ਮਾਰਟਰਸ ਨੇ ਸ਼ਹੀਦ ਨੇ ਹੁਣ ਮੰਨੋ ਨਾ ਮੰਨੋ ਪਰ ਹਰੇਕ ਕੌਮ ਦੇ ਸ਼ਹੀਦ ਅਲੀਹਦਾ ਹੁੰਦੇ ਹੈ ਹੀਰੋਜ਼ ਅਲੀਹਦਾ ਹੁੰਦੇ ਹੈ ਸਾਡੇ ਲਈ ਬੇਅੰਤ ਸਿੰਘ ਨੂੰ ਮਾਰਨਾ ਇਹਦੇ ਪਿੱਛੇ ਸਿੱਖ ਕੌਮ ਦੀ ਨੈਸ਼ਨਲ ਵਿਲ ਸੀਗੀ ਕਿ ਇਸ ਨੇ ਬਹੁਤ ਜ਼ੁਲਮ ਕੀਤੇ ਹੈ ਨੌਜਵਾਨ ਬੱਚੇ ਮਾਰੇ ਹੈ ਸਿੱਖਾਂ ਦੇ KPS ਗਿੱਲ ਦੇ ਨਾਲ ਰਲ ਕੇ ਅਤੇ ਜੋ ਇਹਦੀ ਟਾਰਗੇਟ ਕਿਲਿੰਗ ਇਹਨਾਂ ਨੇ ਦਿਲਾਵਰ ਸਿੰਘ ਹੋਣਾ ਨੇ ਸਾਰਿਆਂ ਨੇ ਕੀਤੀ ਹੈ ਸਿੱਖ ਵਿਲ ਆਫ ਦਾ ਪੀਪਲ ਕਿਉਂ ਕਰਕੇ ਕਿਸੇ ਸਿੱਖ ਨੇ ਨਹੀਂ ਕਿਹਾ ਕਿ ਇਹ ਮਾੜੀ ਗੱਲ ਕੀਤੀ ਹੈ ਜਿਵੇਂ ਹੁਣ ਪਾਰਲੀਮੈਂਟ ਕਹਿੰਦੀ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਅਸੀਂ ਅਟੈਕ ਕੀਤਾ ਹੈ ਇਹ ਸਾਡੀ ਪੋਲਿਸੀ ਸੀ ਇਹਦੇ ਪਿੱਛੇ ਵਿਲ ਆਫ ਦਾ ਪੀਪਲ ਲੋਕਾਂ ਦੀ ਰਹਿ ਸੀਗੀ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਇਸੇ ਤਰ੍ਹਾਂ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਉਦੋਂ ਵੀ ਲੋਕਾਂ ਦੀ ਵਿਲ ਉਹਦੇ ਪਿੱਛੇ ਸੀਗੀ ਜਿਹੜਾ ਕੋਈ ਵੀ ਸਿੱਖ ਨੇ ਨਹੀਂ ਕਿਹਾ ਕਿ ਇਹ ਅਸੀਂ ਮਾੜਾ ਕੰਮ ਕੀਤਾ ਹੈਗਾ ਔਰ ਸਾਡੇ ਉੱਤੇ ਬਹੁਤ ਜਬਰ ਹੋਇਆ ਉਦੋਂ ਬਾਅਦ ਸਾਡੀ ਨਸਲਕੁਸ਼ੀ ਕੀਤੀ ਗਈ ਪਰ ਇੱਕ ਵੀ ਸਿੱਖ ਨੇ ਨਹੀਂ ਕਿਹਾ ਕਿ ਇਹ ਗਲਤ ਇੰਦਰਾ ਗਾਂਧੀ ਦੇ ਉੱਤੇ ਅਟੈਕ ਹੋਇਆ ਸੋ ਅੱਜ ਆਪਾਂ ਸਰਦਾਰ ਜਗਤਾਰ ਸਿੰਘ ਦੀ ਸੁਣਾਈ ਹੈਗੀ ਹੈ ਇਹਨਾਂ ਨੂੰ ਸਜ਼ਾ ਦੇਤੀ ਹੈ ਅੱਜ ਸੁਣਾਈ ਦੇਣੀ ਹੈ ਅਤੇ ਅਸੀਂ ਕੈਪੀਟਲ ਫਾਂਸੀ ਦੇ ਖਿਲਾਫ ਹੈਗੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਫਾਂਸੀ ਦੀ ਕੈਦ ਕਿਸੇ ਨੂੰ ਵੀ ਨਾ ਦਿੱਤੀ ਜਾਵੇ ਨਾ ਇਸ ਨੂੰ ਕਿਉਂ ਕਰਕੇ ਜਿਹੜੇ ਸਿੱਖਾਂ ਨੂੰ ਜਿਨ੍ਹਾਂ ਨੇ ਮਾਰਿਆ ਟਾਈਟਲਰ ਨੇ ਸਾਰਿਆਂ ਨੇ ਅਜੇ ਤੱਕ ਆਮ ਫਿਰਦੇ ਹੈ ਅਤੇ ਅਸੀਂ ਜੁਡੀਸ਼ਰੀ ਦੇ ਵਿੱਚ ਜਿਹੜਾ ਸਾਨੂੰ ਇਤਬਾਰ ਸੀਗਾ ਉਹ ਸਾਡੇ ਵਿੱਚੋਂ ਸਿੱਖਾਂ 'ਚੋਂ ਖਤਮ ਹੋ ਰਿਹਾ ਦਿਨ ਬ ਦਿਨ ਤੋ ਅਸੀਂ ਚਾਹੁੰਦੇ ਹਾਂ ਕਿ ਇੱਥੇ ਜੱਜ ਸਾਹਿਬ ਪੂਰਾ ਫੈਸਲਾ ਕਰਨਗੇ ਪਰ ਫਾਂਸੀ ਦੀ ਸਜ਼ਾ ਨਾ ਦੇਣਗੇ ਜੇ ਸਰ ਊਧਮ ਸਿੰਘ ਦਾ ਸਟੈਚੂ ਰਾਜਨਾਥ ਸਿੰਘ ਜੀ ਹੋਮ ਮਿਨਿਸਟਰ ਲਾ ਕੇ ਗਏ ਹੈ ਫਿਰ ਇੰਡੀਆ ਵੀ ਮੰਨਦਾ ਕਿ ਇਹ ਪੋਲੀਟੀਕਲ ਪ੍ਰਿਜ਼ਨਰਸ ਨੇ ਇਹ ਵੀ ਪੋਲੀਟੀਕਲ ਪ੍ਰਿਜ਼ਨਰ ਹੈਗਾ ਇਹਨਾਂ ਨੂੰ ਅੱਜ ਰਿਹਾਅ ਕਰ ਦੇਣਾ ਚਾਹੀਦਾ ਸਾਰਿਆਂ ਨੂੰ ਜਗਤਾਰ ਸਿੰਘ ਹਵਾੜੇ ਨੂੰ ਲੋਹਾਰਾ ਸਾਹਿਬ ਨੂੰ ਸਾਰੇ ਜਿੰਨੇ ਵੀ ਆਪਣੇ ਹੈਗੇ ਹੈ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ